ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੈਂ ਹਾਂ ਪ੍ਰਦੀਪ ਅਤੇ ਤੁਸੀਂ ਦੇਖ ਰਹੇ ਹੋ ਪ੍ਰਦੀਪ ਵਲੌਗ 'ਚ, ਅਤੇ ਮੈਂ ਤਾਂ ਬਲੈਕ ਹੀਰੋ ਬੈਠਿਆ, ਪਰ ਮੇਰੀਆਂ ਤਾਂ ਬਾਹਾਂ ਬਹੁਤ ਦੁੱਖ ਰਹੀਆਂ ਨੇ, ਕਿਉਂਕਿ ਪਹਿਲੇ ਦਿਨ ਇਸ ਗੱਲ ਗਏ ਸੀ ਜਿੰਮ, ਮਤਲਬ ਕਿ ਇਹ ਤਾਂ ਇਹਨੂੰ ਹਫ਼ਤਾ ਹੋ ਗਿਆ ਇਹਨਾਂ ਨੂੰ, ਮੈਂ ਪਹਿਲੇ ਦਿਨ ਗਿਆ ਸੀ ਕੱਲ੍ਹ, ਅਤੇ ਕੱਲ੍ਹ ਮੈਂ ਚੱਕ ਲਿਆ, ਚੱਕ ਕੇ ਮੂੰਹ ਸਾਢੇ ਸੱਤ ਕਿਲੋ ਵਾਲਾ ਡੰਬਲ ਚੱਕ ਲਿਆ, ਹੁਣ ਪਤਾ ਲੜਾ ਬਾਹਾਂ ਨੂੰ, ਬਾਕੀ ਸਰੀਰ ਵੀ ਦਊਦਾ ਪਰ ਉਹਨਾਂ ਨਹੀਂ ਦਊਦਾ, ਕਿਉਂਕਿ ਉਹ ਜ਼ਿਆਦਾ ਵੇਟ ਨਹੀਂ ਕੀਤਾ, ਡੰਬਲ ਜ਼ਿਆਦਾ ਵੇਟ ਵਾਲਾ ਚੱਕ ਲਿਆ, ਅਤੇ ਅੱਜ ਛੁੱਟੀ ਮਾਰ ਲਈ ਰਹੀ, ਅਤੇ ਹੁਣ ਦੇਖਾਂਗੇ ਕੱਲ੍ਹ ਨੂੰ ਜਾਵਾਂਗੇ, ਅਤੇ ਫਿਲਹਾਲ ਮੈਂ ਸੋਚ ਰਿਹਾ ਵੀ ਇੱਕ ਪੈਂਟ ਲਿਆਵਾਂ, ਅਤੇ ਮਤਲਬ ਕਿ ਹੁਣ ਅਸੀਂ ਜਾਂਦੇ ਹਾਂ ਸਾਡੇ ਨਾਲ ਦੇ ਪਿੰਡ, ਉੱਥੋਂ ਅਸੀਂ ਲੈ ਕੇ ਆਉਣੀ ਆ ਪੈਂਟ ਅਤੇ ਸ਼ਰਟ, ਤਾਂ ਵੈਸੇ ਮੈਨੂੰ ਹੈਗੀ, ਚਲੋ ਦੇਖ ਲੈਂਦੇ ਹਾਂ ਜੇ ਪਸੰਦ ਤਾਂ ਲਿਆਵਾਂਗੇ, ਚਲੋ ਚੱਲੀ ਫਿਰ, ਹੁਣ ਉੱਠਣਾ ਪੂ ਆਰ ਪੀ ਐਮ ਕਿੰਨੀ ਤੇਜ਼ ਹੋਊਗੀ ਨਾ, ਕਿਉਂਕਿ ਉਹ ਠੰਡਾ ਹੋਊਗਾ ਇਹ, ਮੈਂ ਕਿਹਾ ਕਣੀਆਂ ਆ ਗਈਆਂ ਯਾਰ, ਤੈਨੂੰ ਨਹੀਂ ਲੱਗਦਾ? ਸੱਚ ਤੁਹਾਨੂੰ ਬੁਲਟ ਦੀ ਅਪਡੇਟ ਦੇ ਦਈਏ ਬੜਾ ਜੀ, ਕੀ ਕਰਿਆ ਹੋਇਆ ਆਪਣਾ, ਕੀ ਕਿਉਂ ਆਇਆ ਇਹ, ਜੇਕਰ ਤੁਸੀਂ ਦੇਖ ਰਹੇ ਹੋ ਕਿ ਬਹੁਤ ਜ਼ਿਆਦਾ ਲਿਬੜਿਆ ਹੋਇਆ ਇਹ, ਕਿਉਂਕਿ ਮੀਂਹ ਪੈ ਰਹੇ ਨੇ ਬਹੁਤ ਜ਼ਿਆਦਾ, ਅਤੇ ਧੋਣ ਦਾ ਕੋਈ ਫਾਇਦਾ ਹੈ ਨਹੀਂ, ਜਮਾਂ ਹੀ ਨਹੀਂ ਫਾਇਦਾ ਹੈਗਾ, ਹੁਣ ਵੀ ਕਣੀਆਂ ਹੋਈਆਂ, ਮੈਨੂੰ ਲੱਗਦਾ ਉਹ ਕੰਮ ਖਰਾਬ ਹੋਊਗਾ, ਦੇਖੋ ਇਹ ਮੇਰੇ ਵਾਲੇ 'ਚ ਪ੍ਰੋਬਲਮ, ਮੈਨੂੰ ਲੱਗਦਾ ਖਾਸਾ ਗੰਦਾ ਹੋ ਜਾਂਦਾ, ਲੀਕ ਜਿਹਾ ਮਰ ਰਹਿ ਜਾਂਦਾ, ਅਤੇ ਲੌਂਗ ਬੋਟਲ ਆਪਾਂ ਪਾਇਆ ਦੇਖਿਆ, ਮੈਨੂੰ ਪਤਾ ਨਹੀਂ ਕਿਉਂ ਉਹਦੀ ਆਵਾਜ਼ ਹੁਣ ਬੈਸਟ ਲੱਗਦੀ ਆ, ਬਾਕੀ ਸਾਰੇ ਸਿਲੰਸਰਾਂ ਨਾਲ ਲੌਂਗ ਬੋਟਲ ਦੀ ਆਵਾਜ਼ ਨਹੀਂ ਹਟਾ ਦੀ, ਪਤਾ ਕਿਉਂ? ਕਿਉਂਕਿ ਇੱਕ ਤਾਂ ਆਵਾਜ਼ ਖਾਸੀ ਜ਼ਿਆਦਾ ਲਾਊਡ ਆ, ਅਤੇ ਉੱਤੋਂ ਜੀ ਜਦੋਂ ਮੈਂ ਹੋਰ ਕੋਈ ਸਿਲੰਸਰ ਨਹੀਂ, ਜਿੰਨੇ ਮੈਂ ਪਾਏ ਨੇ ਕੋਈ ਨਹੀਂ ਕਰਦਾ ਇੱਕ, ਜਿਵੇਂ ਜਿੰਨੇ ਭਜਾਉਂਦੇ ਆ ਫਿਰ ਤਾਂ ਇਸ ਦਿਨ ਪਰ ਇਹ ਛੱਡਦੇ ਆ, ਫਿਰ ਬੈਕ ਆਵਾਜ਼ ਵੀ ਵੱਧ, ਇਹੀ ਸਭ ਤੋਂ ਵੱਧ ਇਹੀ ਆਵਾਜ਼ ਕਰਦਾ, ਜਿਹੜਾ ਲੌਂਗ ਬੋਟਲ ਖੁੱਲ੍ਹੇ ਮੂੰਹ ਵਾਲਾ ਉਹ ਵੀ ਜੇ ਰੇਸ ਛੱਡੇ ਤਾਂ ਥੋੜ੍ਹਾ ਬੰਦ ਜਿਹਾ ਹੋ ਜਾਂਦਾ, ਵੱਧ ਭਜਾਏ ਤੀ ਉਹ ਬੈਕ ਛੱਡਦਾ, ਜਾਣੀ ਇਹ ਵਾਲਾ ਜਾਣੀ ਜੋ ਆਪਾਂ ਰੇਸ ਛੱਡ ਦਿੰਦੇ ਹਾਂ ਤਾਂ ਵੀ ਗਾਹ ਪਾਉਂਦਾ, ਇਹ ਮੂਨੀ ਗਾਹ ਪਾਉਂਦਾ ਆਪਾਂ ਰੇਸ ਛੱਡ ਦਿੰਦੇ ਹਾਂ, ਬਸ ਆਹੀ ਫਾਇਦਾ ਲੱਗਿਆ, ਬਾਕੀ ਤੁਹਾਨੂੰ ਆਵਾਜ਼ ਸੁਣਾ ਦਿੰਦੇ ਹਾਂ, ਉਹ ਜਿਵੇਂ ਮੈਂ ਕਹਿਣਾ ਉਹ ਵੀ ਤੁਹਾਨੂੰ ਦੱਸ ਦਿੰਦਾ ਵੀ ਕਿਵੇਂ ਕਹਿਣਾ ਮੈਂ, ਡੂ ਤਾਂ ਨਹੀਂ ਠੀਕ ਆ, ਹੁਣ ਜਿਵੇਂ ਤੁਹਾਨੂੰ ਦੱਸਿਆ ਰੇਸ ਦੇਵਾਂਗੇ ਫਿਰ ਡਰ ਕਰੂ, ਅਤੇ ਰੇਸ ਛੱਡ ਦਾਂਗੇ ਫਿਰ ਵੀ ਉਵੇਂ ਗਾਹ ਪਾ ਕੇ ਹਟੂਗਾ, ਆਹ ਚੀਜ਼ ਮਤਲਬ ਬੈਕ ਮਾਰਦਾ ਹੈ ਬਹੁਤ ਜ਼ਿਆਦਾ ਰੇਸ, ਘੈਂਟ ਰਾਗ ਜਿਹੜੀ ਜੀ, ਅਤੇ ਫਿਲਹਾਲ ਆਪਾਂ ਚੱਲਦੇ ਹਾਂ ਰੌਣੀ, ਮਤਲਬ ਕਿ ਸਾਡੇ ਨਾਲ ਦੀ ਪਿੰਡ ਆ, ਉੱਥੋਂ 4-5 ਕਿਲੋਮੀਟਰ, ਅਤੇ ਆਪਾਂ ਨੂੰ ਇੱਕ ਐਂਡਪਾਲ ਦਾ ਹੀ ਫੋਨ ਆਇਆ ਸੀ, ਉਹਦੇ ਕੋਲ ਵੀ ਜਾਣਾ ਆਪਾਂ ਕਦੋਂ ਤੈਨੂੰ ਜਾਵਾਂਗੇ ਐਂਡਪਾਲ ਕੋਲ, ਅਤੇ ਉਹਦੇ ਦਿਖਾਵਾਂਗੇ ਤੁਹਾਨੂੰ ਟਰੈਕਟਰ 'ਤੇ, ਫਿਰ ਤੋਂ ਰੀਲਾਂ ਰੂਲਾਂ ਬਣਾ ਕੇ ਆਵਾਂਗੇ, ਜਲਦੀ ਆਵਾਂਗੇ, ਹਾਲੇ ਥੋੜ੍ਹਾ ਵਿਹਲਾ ਨਹੀਂ ਸੀਗਾ ਤਾਂ ਕਰਕੇ ਹੋ ਗਿਆ, ਅਤੇ ਵੈਸੇ ਅੱਜ ਤਾਂ ਵਿਹਲਾ ਸੀ ਪਰ ਅੱਜ ਮੌਸਮ ਨਹੀਂ ਕਾਇਮ ਲੱਗਿਆ, ਸੋ ਕੱਲ੍ਹ ਪਰਸੋਂ ਦੇਖਾਂਗੇ, ਇੱਕ ਆਪਾਂ ਨੂਰਪੁਰ ਕੋਲ ਵੀ ਜਾ ਕੇ ਆਉਣਾ, ਉਹਦੇ ਨਾਲ ਵੀ ਮੇਰੀ ਗੱਲ ਹੋਈ ਸੀਗੀ, ਅਤੇ ਉਹ ਕਹਿੰਦਾ ਵੀ ਕੱਲ੍ਹ ਨੂੰ ਹੀ ਆ ਜਾ ਚਾਹੇ, ਫਿਰ ਮੈਂ ਕਿਹਾ ਵੀ ਕੱਲ੍ਹ ਨੂੰ ਆ ਦੇਖਦਾ, ਚਲੋ ਮੈਂ ਸ਼ਨੀਵਾਰ ਨੂੰ ਕਹੀ, ਸ਼ਨੀਵਾਰ ਨੂੰ ਉਹ ਕਹਿੰਦਾ ਮੈਨੂੰ ਕੰਮ ਆ, ਸੋ ਦੇਖਦਾ ਨੂਰਪੁਰ ਨਾਲ ਵੀ ਛੇਤੀ ਕੋਲਾਬਰੇਟ ਕਰਾਂਗੇ, ਕਿਉਂਕਿ ਕਾਫੀ ਕਮੈਂਟ ਆਉਂਦੇ ਨੇ ਵੀ ਨੂਰਪੁਰ ਨਾਲ ਕੋਲਾਬਰੇਟ ਕਰੋ, ਨੂਰਪੁਰ ਨਾਲ ਕੋਲਾਬਰੇਟ ਕਰੋ, ਤਾਂ ਫਿਰ ਹੁਣ ਕਰਾਂਗੇ ਆਪਾਂ ਜਲਦੀ ਬਸ, ਅਤੇ ਬਸ ਹੁਣ ਵਲੌਗ ਥੋੜ੍ਹੇ ਜਿਹੇ ਮਤਲਬ ਮੈਂ ਰੈਗੂਲਰ ਪਾਉਣ ਦੀ ਕੋਸ਼ਿਸ਼ ਕਰੂੰਗਾ, ਫਿਰ ਚਲੋ ਚੱਲਦੇ ਹਾਂ ਅਤੇ ਜਾ ਕੇ ਮਿਲਦੇ, ਅਤੇ ਲਓ ਜੀ ਪਹੁੰਚ ਗਏ ਆਪਾਂ, ਨਹੀਂ ਦੇਖ ਰਹੇ ਹਾਂ ਜਾ ਕੇ ਕੱਪੜੇ ਕੁੱਪੜੇ 'ਚ ਪਸੰਦ ਆਉਂਦੇ ਨੇ, ਅਤੇ ਫਿਲਹਾਲ ਤਾਂ ਮੈਨੂੰ ਮੇਰੀ ਸਾਈਜ਼ ਦੀ ਪੈਂਟ ਨਹੀਂ ਮਿਲੀ, ਅਤੇ ਹੋਰ ਕੋਈ ਦੁਕਾਨ ਤਾਂ ਮੈਨੂੰ ਜਿਹੜਾ ਬੰਦ ਆ ਕਿ ਨਹੀਂ, ਹਾਂ ਤਾਂ ਛੱਡੋ, ਫਿਰ ਹਾਂ ਫਿਰ ਦੇਖਾਂਗੇ ਹੁਣ ਕੱਪੜੇ ਕੁੱਪੜੇ, ਫਿਲਹਾਲ ਆਪਾਂ ਖਾਂਦੇ ਹਾਂ ਕੁਛ ਗੋਲ ਗੱਪੇ ਵਗੈਰਾ ਖਾਂਦੇ, ਅਤੇ ਲਓ ਜੀ ਹੁਣ ਆਪਾਂ ਦੂਏ ਪਿੰਡ ਤੋਂ ਮੁੰਡਾ ਮੰਗਾਇਆ ਗੋਲ ਗੱਪੇ ਖਵਾਉਣ ਵਾਸਤੇ, ਹੁਣ ਆਪਾਂ ਨੂੰ ਗੋਲ ਗੱਪੇ ਖਾਊਗਾ, ਹੁਣ ਇਹ ਵਲੌਗ ਦੇ ਵਿੱਚ ਨਾਂ ਵੀ ਨਹੀਂ ਕਹਿ ਸਕਦਾ, ਚਮਕਾਈ ਫਿਰਦਾ ਪਤਾ ਨੀ ਕੀ ਕਰਿਆ ਬਫਿੰਗ, ਪਰ ਟੈਂਕੀ ਦਾ ਯਾਰ ਫੋਕੀ ਲੱਗ ਜਾਏ ਇੰਜਣ ਇੰਜਣ ਚਮਕਦਾ, ਹੁਣ ਕਰੀ ਦਾ ਬੈਠਾ ਸੀ ਬਫਿੰਗ ਕਰਕੇ, ਚਲ ਹੁਣ ਗੋਲ ਗੱਪੇ ਖਾਂਦੇ ਆ, ਤੇ ਗੋਲ ਗੱਪੇ ਖਾ ਕੇ ਮਿਲਦੇ ਆ, ਹੋਰ ਉਹਨਾਂ ਗੱਲਾਂ ਬਾਈ ਨੇ ਆਪਾਂ ਨੂੰ ਸੋਨੇ ਰੱਖੀ ਪਲੇਟ 'ਚ, ਤਾਂ ਖਾਣਾ ਸੋਨੇ ਦੀ ਹੋਵੇ, ਸੋਨੇ ਦੀ ਆ ਬਾਈ ਪਲੇਟ, ਬਾਕੀ ਐਪਲ ਦੀ ਬਸ ਦੇਖੋ ਤੁਸੀਂ ਘੈਂਟ ਨਾ, ਤੇ ਆਹ ਸਕੋਰਪੀਓ ਬਾਈ ਕੇ ਆਪਣੀ ਨਹੀਂ ਕਿਸੇ ਦੀ, ਆਪਾਂ ਪੀਨੇ ਹੁਣ ਜੂਸ, ਤੇ ਜੂਸ ਹੀ ਕਰਾਇਆ ਬਰਿਆਨਾ, ਅਤੇ ਹੁਣ ਹੋ ਗਈ ਨੈਕਸਟ ਡੇ, ਅਤੇ ਚਾਬੀ ਚੁੱਪ ਚੁੱਪੀ ਹੋ ਗਈ ਆ, ਅਤੇ ਇਹਨੂੰ ਹੁਣ ਧੋ ਕੇ ਹਟਿਆ, ਪਰ ਐਤਕੀ ਮੈਂ ਇਹਦੇ ਵਿੱਚ ਕਾਗਜ਼ ਪੱਤਰ ਕੱਢ ਲਏ ਸੀਗੇ, ਮੈਂ ਉਹਨਾਂ ਨੂੰ ਖੋਲ੍ਹ ਕੇ ਮਿਲਦਾ ਠੀਕ ਆ, ਅਤੇ ਐਤਕੀ ਮੈਂ ਲਿਫਾਫਾ ਵੀ ਚੜ੍ਹਾ, ਦੇਖੋ ਉਹਦੇ 'ਚ ਪਾਣੀ ਜਾਂਦਾ, ਤਾਂ ਮਤਲਬ ਮੈਂ ਫੈਡੇ 'ਚ ਰਹਿ ਗਿਆ, ਹਲਾ ਕੇ ਗਿੱਲਾ ਪਿਆ ਲਿਫਾਫਾ, ਹਾਂ ਸਹੀ ਕਰਾਉਣਾ ਹੀ ਪਊਗਾ, ਤਾਂ ਇਸ ਹਿਸਾਬ ਨਾਲ ਇਹਦੇ ਵਿੱਚ ਪਾਣੀ ਚੱਲ ਜੂ ਫਿਰ ਮਿਸਿੰਗ ਦੇ ਸਕਦਾ ਹੈ, ਸੋ ਹੁਣ ਇਹ ਲਿਫਾਫੇ ਅੰਦਰ ਰੱਖਣਾ, ਅਤੇ ਕਾਗਜ਼ ਪੱਤਰ ਇਹਦੇ ਵਿੱਚ, ਜਿਹਨਾਂ ਨੂੰ ਨਹੀਂ ਪਤਾ ਸਰਵਿਸ ਦਾ ਇੱਥੋਂ ਦੇਖ ਸਕਦੇ ਨੇ, ਬਾਕੀ ਪੌਜ਼ ਕਰਕੇ ਦੇਖ ਲਿਓ, ਪਰ ਗਿੱਲਾ ਤਾਂ ਹੈਗਾ ਕੁਛ ਨਹੀਂ ਹੁੰਦਾ,
ਇਹਨੂੰ ਲਾ ਕੇ ਮਿਲਦਾ। ਜਦ ਵੀ ਇਹਨਾਂ ਖੋਲਦੇ ਨਾ ਚਾਬੀ ਥੋੜ੍ਹੀ ਬਹੁਤੀ ਤਾਂ ਬਿੰਗੀ ਹੋ ਜਾਂਦੀ ਹੈ, ਤੁਹਾਨੂੰ ਪਤਾ ਲੱਗਦਾ ਕਿ ਨਹੀਂ, ਇਹ ਨਹੀਂ ਮੈਨੂੰ ਪਤਾ ਚਾਬੀ ਪਰ ਬਿੰਗੀ ਆ ਇਸ ਟਾਈਮ। ਅਤੇ ਹੁਣ ਮੈਂ ਚੱਲਿਆ ਜੀ ਏਟੀਐਮ, ਅਤੇ ਏਟੀਐਮ ਤੋਂ ਬਾਅਦ ਮੈਂ ਜਾ ਰਿਹਾ ਸਮੋਸੇ ਕਢਾਉਣ ਮਤਲਬ ਹੁਣ ਮੈਂ ਘਰੇ ਲੈ ਕੇ ਜਾਣੇ ਨੇ ਸਮੋਸੇ, ਉਹ ਵੀ 15 ਇਕੱਠੇ ਕਿਉਂਕਿ ਰਿਸ਼ਤੇਦਾਰਾਂ ਨੇ ਆਉਣਾ। ਸੋ ਤਾਂ ਕਰਕੇ ਮੈਂ ਚੱਲਿਆ ਹਾਂ ਅਤੇ ਲੈ ਕੇ ਆਉਂਦੇ ਹਾਂ ਸਮੋਸੇ। ਦੇਖਦੇ ਅਤੇ ਬਾਕੀ ਮੇਰੀਆਂ ਬਾਹਾਂ ਬੂਹਾਂ ਦੁੱਖਣ ਲੱਗੀ ਮੇਰੇ ਕਿਉਂਕਿ ਮੈਂ ਜਿੰਮ ਜਾਣ ਲੱਗ ਗਿਆ, 2 ਦਿਨ ਹੋ ਗਏ ਮੈਨੂੰ ਅਤੇ ਫਿਲਹਾਲ ਤਾਂ ਬਹੁਤ ਦੁੱਖ ਰਹੀਆਂ ਨੇ। ਬਾਕੀ ਤੁਹਾਨੂੰ ਜਿੰਮ ਦਾ ਵਲੌਗ ਵੀ ਦਿਖਾਵਾਂਗੇ ਵਿੱਚ। ਹਾਂ ਨਾ ਕਤੀੜ ਖਾਨਾ ਮੈਨੂੰ ਕਦੇ ਵੀ ਖੁੱਲ੍ਹਾ ਮਿਲਿਆ, ਚੌਥੇ ਪਿੰਡ ਤੋਂ ਮੈਂ ਚੱਲਿਆ ਸੀਗਾ ਸਮੋਸੇ ਲੈਣ ਅਤੇ ਮੈਨੂੰ ਸਮੋਸੇ ਤਾਂ ਮਿਲੇ ਨਹੀਂ, ਫਿਲਹਾਲ ਲੈਣੇ ਤਾਂ ਦੇਣੇ ਪੈ ਗਏ ਕਿਉਂਕਿ ਆਹ ਦੇਖੋ ਮੈਂ ਖੋਲ੍ਹੀ ਬੈਠਾ ਕਿਉਂਕਿ ਮੇਰੇ ਲੜ ਗਈ ਪਰਿੰਡੋ ਵੀ ਉਰੇ ਅਤੇ ਫਿਲਹਾਲ ਮੈਂ ਕੜਾ ਖੋਲ੍ਹੀ ਬੈਠਾ। ਕੜਾ ਤਾਂ ਮੈਂ ਘਸਾ ਲਿਆ ਮਾੜਾ ਮੋਟਾ, ਚੀਜ਼ ਤਾਂ ਬਹੁਤ ਪੈਂਦੀ ਅਤੇ ਕਹਿੰਦੇ ਪੈਟਰੋਲ ਲਾ ਲਈ ਤਾਂ ਮੈਂ ਪੈਟਰੋਲ ਵੀ ਕੱਢ ਕੇ ਲਾ ਲਿਆ ਅਤੇ ਹੁਣ ਦੇਖਦੇ ਹਾਂ ਕੀ ਗਰਦਨ ਦਾ ਗਰਦਨ ਦੀ ਹੁਣ ਕੀ ਬਣਦਾ, ਜੌਨ ਸੀਨਾ ਬਣੂ ਕਿ ਕੀ ਬਣੂ ਉਹ ਦੇਖਦੇ ਹਾਂ ਜਾ ਕੇ। ਅਤੇ ਦੱਸਾਂ ਜਿੱਥੇ ਲੜੀਆ ਭਜਾਉਂਦਾ, ਦੇਖੋ ਉਹ ਲੜੀ ਆ ਜੇ ਤੁਹਾਨੂੰ ਦਿਖ ਰਹੀ ਹੋਵੇ, ਚਲੋ ਦੇਖਦੇ ਹਾਂ ਕੀ ਬਣਦਾ ਹੁਣ। ਫਿਲਹਾਲ ਤਾਂ ਮੈਂ ਚੱਲਿਆ ਘਰ ਨੂੰ, ਨਹੀਂ ਜਾਣਾ ਹੱਥ ਏਟੀਐਮ, ਚੱਲ ਮੈਂ ਪੈਸੇ ਕਢਾਉਣੇ ਨੇ ਏਟੀਐਮ ਦੀ ਦਾਸ ਫਿਰ ਸਮੋਸੇ ਫੇਰ ਘਰ ਨੂੰ। ਪਤਾ ਨਹੀਂ ਮੈਨੂੰ ਕਿਹਨੇ ਕਿਹਾ ਸੀ ਵੀ ਭਰਿੰਡਰ ਤੋਂ ਬਾਅਦ ਪਾਣੀ ਪੀ ਲਵੇ, ਪਾਣੀ ਪੀ ਗਿਆ ਹੁਣ ਮੈਂ ਵੀ ਸੱਜੇ ਨਾ। ਅਤੇ ਫਿਲਹਾਲ ਆਹ ਖੜਾ ਆਪਣਾ ਬੁਲਟ ਅਤੇ ਆਪਾਂ ਚੱਲਦੇ ਹਾਂ ਏਟੀਐਮ ਦੇ ਅੰਦਰ। ਕਾਲਾ ਸੀਨ ਹੋ ਗਿਆ, ਚਲੋ ਦੇਖਦੇ ਹਾਂ ਕੀ ਬਣਦਾ, ਸੋਚੇ ਨਾ ਬਸ। ਉਵੇਂ ਹੁਣ ਪੇਨ ਤਾਂ ਨਹੀਂ ਹੋ ਰਹੀ ਪਰ ਹੱਥ ਲੈ ਜਾ ਦੁੱਖਦਾ। ਬਾਕੀ ਤੁਸੀਂ ਰੱਖੜੀਆਂ ਦੇਖੋ ਤਾਂ ਨਵੇਂ ਨਵੇਂ ਡੇਆਂ ਦੀਆਂ ਰੱਖੜੀਆਂ ਪਈਆਂ ਨੇ, ਸੋ ਰੱਖੜੀਆਂ ਆਉਣ ਵਾਲੀਆਂ ਨੇ, ਆਉਣ ਵਾਲੀਆਂ ਕੀ ਆ ਗਈਆਂ ਬਸ 11 ਤਰੀਕ ਨੂੰ। ਲਓ ਜੀ ਆਪਾਂ ਥੈਂਕ ਯੂ ਆਪਾਂ ਨੂੰ ਕਹਿ ਰਹੇ ਨੇ ਕੱਪੜੇ ਵਾਲੇ, ਕੱਪੜੇ ਕੱਪੜਿਆਂ ਦੇ ਲਿਫਾਫੇ 'ਚ ਪਾ ਦੇ 15 ਸਮੋਸੇ, ਤੈਨੂੰ ਮੈਂ ਲੈ ਕੇ ਜਾਊਂ ਕਿਵੇਂ। ਪਰ ਮੈਂ ਐਂ ਰੱਖ ਲਿਆ ਸੀ ਬੈਂਟ ਨਾਲ ਚੁੱਕ ਕੇ ਨਾ, ਸਾਰਾ ਕੱਪੜਾ ਖਰਾਬ ਹੋਇਆ, ਸੋ ਤਾਂ ਕਰਕੇ ਇੱਧਰਲੇ ਬਸ ਰੱਖਣੇ ਪੈਣਗੇ, ਟੰਗਣੇ ਪੈਣਗੇ ਮਤਲਬ ਥੋੜ੍ਹਾ ਕੁ ਦੂਰ। ਅਤੇ ਲਓ ਜੀ ਸਾਡੇ ਪਿੰਡ ਪਹੁੰਚਿਆ ਕਰਨੀ, ਅਤੇ ਇਹ ਕਹਿੰਦਾ ਮੈਂ ਗੱਡੀ ਦੇ ਵਿੱਚ ਬੇਸ ਨਵੀਂ ਧਰੀ ਆ, ਅਤੇ ਬੇਸ ਸੁਣ ਕੇ ਆਉਂਦਾ ਕੀ ਕਹਿੰਦਾ ਦੇਖਦਾ। ਚੱਲ ਬਾਰੇ ਲਿਆ ਮੋਬਾਈਲ ਚੱਕ ਕੇ, ਜਾ ਡਿੱਗੀ ਖੋਲੀ ਲਈ ਹੋਵੇ ਖਾਨੇ। ਅੱਛਾ ਆਹ ਧਰੀ ਬੈਠਾ ਇੱਕ ਤੀੜ ਖਾਨਾ ਵਿੱਚ, ਕੀ ਹੈ ਕਿਹੜੀ ਕੰਪਨੀ ਖਾਸੀ ਖਤਰਨਾਕ ਆ ਮੰਨਣ ਵਾਲੀ ਗੱਲ ਹੈ ਜੀ। ਮੈਂ ਹੁਣ ਗਾਣਾ ਬੰਦ ਹੋ ਗਿਆ, ਬ੍ਰੈਡ ਵੀ ਨਾ ਜਾਵੇ ਕਿੰਨੇ ਦਾ ਲਵਾਇਆ ਸਿਸਟਮ ਤਾਂ ਫਿਰ ਇਹ। ਪਹਿਲਾਂ ਸਪੀਕਰ ਮੈਨੂੰ 3000 ਦਾ ਮਿਲਿਆ, 1000 ਰੁਪਏ ਦਾ ਬਾਕਸ, ਐਂਪਲੀਫਾਇਰ 1500 ਦਾ। ਇਹ ਵੀ ਸ਼ੌਂਕ ਵੀ ਵੱਡੀ ਚੀਜ਼ ਆ ਨਾ, ਤੇ ਫਿਰ ਹੁਣ ਚੱਲੀਏ। ਇਹਨੂੰ ਆਏ ਨਹੀਂ ਪਤਾ ਲੱਗਣਾ ਬੰਦਿਆਂ ਨੂੰ ਵਿੱਚ ਬਹਿ ਕੇ ਪਤਾ ਲੱਗੂ ਵੀ ਕੀ ਬਣਦਾ। ਹਾਂ ਇਹ ਤਾਂ ਹੈ ਬਾਈ, ਪਰ ਇਹਦੇ ਮਤਲਬ ਸਪੀਕਰਾਂ ਦੀ ਆਹ ਕੁਆਲਿਟੀ ਥੋੜੀ ਘੱਟ ਆ। ਬੋ ਸੁਣਿਆ ਤੈਨੂੰ ਸਾਈਡ 'ਚ ਤਾਂ ਨਹੀਂ ਖਾਣ ਵਾਲਾ ਕਿਉਂਕਿ ਗੱਡੀ ਗੁੱਡੀ ਇਹਨੂੰ ਕਿਹੜਾ ਕੁਛ ਹੋਣ ਲੱਗਿਆ, ਮੋਟਰਸਾਈਕਲ ਅਗਲੇ ਹੀ ਮੋਟਰਸਾਈਕਲ ਭੱਜ ਕੇ ਜਾਊ। ਪਹਿਲਵਾਨ ਬਣਾ ਦੀ ਤੁਸੀਂ ਦੋ। ਹਾਂ ਬਾਈ ਹੁਣ ਜਿੰਮ ਲਾਉਣ ਲੱਗ ਗਿਆ ਅੱਜ ਕੱਲ ਚਲੋ ਠੀਕ ਆ, ਹੋਰ ਗੱਲਾਂ ਮੈਂ ਜਾਣਦਾ ਸੀਗਾ, ਮੈਂ ਸਿੱਧਾ ਕਰ ਭੈਣ ਲੜਕੀ ਬਿੱਲੂ ਵਾਂਗੂ ਪੂਰੇ, ਫਿਰ ਮੈਂ ਬਹੁਤ ਟੈਂਸ਼ਨ ਲੈਂਦਾ ਮੋਟਰਸਾਈਕਲ ਸਾਂਭਿਆ ਰੋਕ ਕੇ, ਪਹਿਲਾਂ ਮੈਂ ਜਿਹੜਾ ਕੜਾ ਲਹਿੰਦਾ ਨਹੀਂ ਪਤਾ ਨਹੀਂ ਕਿਵੇਂ ਲਾਹ ਲਿਆ ਇਹ ਫੁੱਲ ਘਸਾਇਆ,
ਫਿਰ 2 ਲੀਟਰ ਦਾ ਪੈਟਰੋਲ ਮਾਰਦਾ ਸਰੀਰ ਤੇ ਫਿਰ ਦੁਖਦਾ ਪਰ ਹੱਥ ਲਾਏ ਦੇ ਪਰ ਸੁੱਜਿਆ ਨਹੀਂ ਯਾਨੀ ਕਿ ਪੈਟਰੋਲ ਲਾਇਦਾ ਫਿਰ ਹੁੰਦਾ ਹੁੰਦਾ ਮਟਰਾ ਪੈਟਰੋਲ ਲਾਇਆ ਮਾਰ ਕੇ ਦੇਖਿਆ ਮੈਂ ਚਾਹਦਾ ਵੀ ਹਾਰਨ ਕਿ ਨਹੀਂ ਮਤਲਬ ਪੈਟਰੋਲ ਲਾਲ ਵੇਜ ਨਹੀਂ ਫਾਇਦਾ ਜਾਣੇ ਦਾ ਹੁੰਦਾ ਨਹੀਂ ਮਾੜਾ ਉਰੇ 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 ਬਿੱਲਾ ਲੁਕਦਾ ਮਾੜਾ ਦੇਖੋ ਬਿੱਲੇ ਨੇ ਆਹ ਵਾਲਾ ਪਰਨਾ ਜਾਂ ਫਿਰ ਇਹ ਪੱਗ ਨੇ ਆਪ ਬੰਨੀਆਂ ਇੱਧਰ ਹਾ ਮੋ ਇੱਧਰ ਨੂੰ ਕਰ ਦੇਖੋ ਕਿੰਨੀ ਹੁਣੇ ਹੁਣੇ ਕਿੰਨੇ ਕਿੰਨੀ ਕਿੰਨੀ ਗਲਾਚ ਆ ਅਦਾਲਤ ਕੇ ਜਾਣਾ ਨੇ ਕਿੰਨੇ ਜੱਜ ਤੀਜੀ ਦਾ ਹੁਣ ਸੰਘ ਦਾ ਦੇਖੋ ਕਿੰਨੀ ਘੈਂਟ ਬਣਨ ਲੱਗ ਗਿਆ ਜਾਨੀ ਕਿ ਸਾਰੇ ਜਵਾਕਾਂ ਨੂੰ ਐ ਵੀ ਹੌਲੀ ਹੌਲੀ ਬਣੇ ਪੱਗ ਬਿਰਣੀ ਸਿੱਖੋ ਦੇਖੋ ਕਿੰਨੀ ਘੈਂਟ ਬਣਨ ਲੱਗ ਗਿਆ ਰੱਦੀ ਦੇ ਬਣ ਕੇ ਜਿੰਨਾ ਰੱਦੀ ਬਿੱਲੇ ਬਹੁਤ ਘੈਂਟ ਲਾਦਾ ਸਾਰੇ ਜਣੇ ਬਿੱਲੇ ਨੂੰ ਲਾਈਕ ਕਰ ਦਿਓ ਮਤਲਬ ਕਿ ਵੀਡੀਓ ਦਾ ਮੇਰੇ ਨੂੰ ਲਾਈਕ ਕਰ ਦਿਓ ਕਮੈਂਟ ਬਿੱਲੇ ਲਈ ਕਰ ਦਿਓ ਬਿੱਲਾ ਓਪੀ ਉਹ ਇਧਰ ਨੂੰ ਮੂੰਹ ਕਰਦਾ ਦਿਖਾ ਜਾ ਦੇ ਨਾਲ ਦੇਖਾ ਨਾ ਵਧੀਆ ਬਣਨ ਲੱਗ ਗਿਆ ਅਮ ਥੋੜੀ ਗਾਂ ਗਾਂ ਨੂੰ ਹੋਰ ਵੱਡੀ ਬਣੂਗਾ ਨਾਲੇ ਜੂੜਾ ਲੱਗ ਜਾ ਕਰੂ ਸਰਾ ਲੱਗ ਜੂ ਕੁੱਲ ਬਣਾ ਕੇ ਨੀ ਸਰਾ ਕੇ ਬਣ ਲਈ ਯਾਰ ਇਹਨੇ ਤੇ ਇਹ ਚਲੋ ਅੱਜ ਦਾ ਵਲੋਗ ਪੌਰੀ ਖਤਮ ਕਰਦੇ ਹਾਂ ਜੇ ਵਲੋਗ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਕਮੈਂਟ ਕਰ ਦਿਓ ਤੇ ਮਿਲਦਾ ਤੁਹਾਨੂੰ ਆਪਾਂ ਨਵੇਂ ਵਲੋਗ 'ਚ ਤੇ ਸੋਚਦਾ ਮੈਂ ਇੱਕ ਥੋੜ੍ਹਾ ਡਿਫਰੈਂਟ ਵਲੋਗ ਲੈ ਕੇ ਆਵਾਂ ਤੇ ਚਲੋ ਦੇਖਦੇ ਹਾਂ ਕੀ ਬਣਦਾ ਚਲੋ ਜੀ ਓਕੇ ਬਾਏ।